ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਲੜੀ ਵਾਰ ਗੱਲ ਕਰਦੇ ਹਾਂ ਪੰਜਾਬ ਅਤੇ ਦੁਨੀਆ ਦੀਆਂ ਤਾਜ਼ਾ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਸ਼ੁਰੂਆਤ ਕਰਦੇ ਹਾਂ ਜੀ ਪਹਿਲੀ ਵੱਡੀ ਖਬਰ ਤੋਂ ਬਰਨਾਲਾ বাস ਸਟੈਂਡ ਨੇੜੇ ਵੱਡੀ ਵਾਰਦਾਤ ਤੇਜ਼ ਧਾਰ ਹਥਿਆਰ ਨਾਲ ਨੌਜਵਾਨ ਦਾ ਕਤਲ ਸ਼ਹਿਰ ਦੇ বাস ਸਟੈਂਡ ਨੇੜੇ ਸ਼ਨੀਦੇਵ ਮੰਦਿਰ ਵਾਲੀ ਗਲੀ ਵਿੱਚ ਕਿਰਾਏ ਦੇ ਮਕਾਨ ਤੇ ਰਹਿੰਦੇ ਇੱਕ ਜੁੱਤੀਆਂ ਬਣਾਉਣ ਵਾਲੇ ਕਾਰੀਗਰ ਦਾ ਉਸਦੇ ਸਾਥੀ ਨੇ ਹੀ ਤੇਜ਼ ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਮੌਲਜਮਾ ਬਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਿਆ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਗੋਮਟੀ ਪਿੰਡ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਨੇ ਸ਼ਨੀਦੇਵ ਮੰਦਿਰ ਵਾਲੀ ਗਲੀ ਬੇਚਾਰਾ ਗਵੀ ਸੰਗਪੁੱਤਰ ਜੰਗ ਸਿੰਘ ਦਾ ਮਕਾਨ ਕਿਰਾਏ ਤੇ ਲੈ ਕੇ ਜੁੱਤੀਆਂ ਬਣਾਉਣ ਵਾਲੇ ਨੂੰ ਦਿੱਤਾ ਹੋਇਆ ਸੀ ਤੇ ਮਕਾਨ ਵਿੱਚ ਦੋ ਕਾਰੀਗਰ ਅਮਰ ਚੰਦ ਵਾਸੀ ਸੈਣੀਪੁਰਾ ਜ਼ਿਲ੍ਹਾ ਰੋहतक ਹਰਿਆਣਾ ਅਤੇ ਸੁਧਾਨੰਦ ਵਾਸੀ ਲੁਧਿਆਣਾ ਯੁੱਤਾਂ ਮਰੌਣ ਦਾ ਕੰਮ ਕਰਦੇ ਸੀ ਤੇ ਦੋਵਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਜਿਸ ਦੀ ਸੂਚਨਾ ਸੁਧਾਨੰਦ ਨੇ ਜਰਨੈਲ ਸਿੰਘ ਨੂੰ ਫੋਨ ਤੇ ਦਿੱਤੀ ਜਦੋਂ ਜਰਨੈਲ ਸਿੰਘ ਨੇ ਆ ਕੇ ਦੇਖਿਆ ਤਾਂ ਮਕਾਨ ਅੰਦਰ ਅਮਰ ਚੰਦ ਦੀ ਖੂਨ ਨਾਲ ਲਥਪਥ ਲਾਸ਼ ਮਿਲੀ ਅਤੇ ਜਾਂਦ ਕੇ ਸੁਧਾਨੰਦ ਫਰਾਰ ਹੋ ਚੁੱਕਿਆ ਸੀ ਤੇ ਥਾਣਾ ਸਿਟੀ ਇੱਕ ਦੇ ਐਸ ਐਚਓ ਨੇ ਦੱਸਿਆ ਕਿ ਲਾਸ਼ ਨੂੰ ਕਾਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿਖੇ ਰੱਖ ਦਿੱਤਾ ਹੈ ਤੇ ਮਰਤਕ ਦੇ ਵਾਰਸਾਂ ਨੂੰ ਸੂਚਿਤਾ ਕਰ ਦਿੱਤਾ ਗਿਆ ਵਾਰਸਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਅਗਲੀ ਵੱਡੀ ਖਬਰ ਹੈ ਜੀ ਦਿਬਿਆਂਗਾਂ ਨੂੰ ਹਰ ਮਹੀਨੇ ਮਿਲੇਗੀ 2 ਰੁਪਏ ਪ੍ਰਤੀ ਕਿਲੋ ਕਣਕ نیشنل ਫੂਡ ਸਕਿਉਰਿਟੀ ਐਕਟ ਦੇ ਤਹਿਤ ਹੁਣ BPL ਕਾਟ ਧਾਰਕਾਂ ਦੇ ਨਾਲ-ਨਾਲ ਦਿਬਿਆਂਗ ਵਿਅਕਤੀਆਂ ਨੂੰ ਵੀ ਸਸਤਾ ਅਨਾਜ ਮਿਲੇਗਾ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਰਿੰਦਰ ਸਿੰਘ ਪੰਨੂ ਨੇ ਦੱਸਿਆ ਹੈ ਕਿ ਸਰਕਾਰ ਦਾਲ ਅਤੇ ਚਾਵਲ ਵੀ ਸਸਤੇ ਮੁੱਲ ਵਿੱਚ ਦਿੰਦੀ ਹੈ ਤੇ ਹੁਣ ਪੰਜਾਬ ਵਿੱਚ ਇਸ ਯੋਜਨਾ ਦੇ ਤਹਿਤ ਨੀਲੇ ਕਾਰਡ ਧਾਰਕਾਂ ਨੂੰ ਕਣਕ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਿੱਤੀ ਜਾਵੇਗੀ ਤੇ ਉਹਨਾਂ ਨੇ ਕਿਹਾ ਕਿ ਯੋਜਨਾ ਦਾ ਲਾਭ ਲੈਣ ਲਈ ਦਿਵਿਆਂਗ ਵਿਅਕਤੀਆਂ ਨੂੰ ਹੁਣ ਫੂਡ ਸਪਲਾਈ ਵਿਭਾਗ ਦੇ ਕੋਲ ਰਜਿਸਟ੍ਰੇਸ਼ਨ ਕਰਾਉਣੀ ਪਵੇਗੀ ਕੇਂਦਰ ਦੇ ਆਦੇਸ਼ਾਂ ਤੇ ਹੁਣ ਸਾਰੇ ਦਿਵਿਆਂਗ ਵਿਅਕਤੀਆਂ ਨੂੰ ਸਸਤਾ ਅਨਾਜ ਲੈਣ ਲਈ ਕਾਰਡ ਧਾਰਕ ਜਿਹੜੇ ਕਿ ਬਣਾਣਾ ਪਵੇਗਾ ਤੇ ਸਰਕਾਰ ਦੀ ਇਸ ਯੋਜਨਾ ਤੋਂ ਦਿਵਿਆਂਗ ਵਿਅਕਤੀਆਂ ਲਈ ਕਾਮਾ ਕਰਲੇ ਰੋਕ ਕਾਫੀ ਘੋਸ਼ਣਾ ਤੇ ਉਹਨਾਂ ਨੇ ਦੱਸਿਆ ਕਿ ਦਿਵਿਆਂਗਾ ਕੋਲ ਦਿਗਿਆਂਗਤਾ ਸਰਟੀਫਿਕੇਟ ਲੈਣ ਦੀ ਬਜਾਏ ਕੇਵਲ ਕਾਊਂਟਰ ਹਸਤਾਖਸ਼ਰ ਨਾਲ ਹੀ ਅਧਿਕਾਰੀ ਉਹਨਾਂ ਨੂੰ ਇਸ ਸਕੀਮ ਨਾਲ ਜੋੜਨਗੇ ਅਗਲੀ ਵੱਡੀ ਖਬਰ ਹੈ ਜੀ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੀਆਂ ਅਨਲੌਕ 4 ਦੀਆਂ ਗਾਈਡਲਾਈਨਸ ਜਾਣੋ ਕੀ ਕੁਝ ਮਿਲੇਗੀ ਟੱਲ ਗ੍ਰਹਿ ਮੰਤਰਾਲੇ ਨੇ ਅਨਲੌਕ 4 ਦੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਹਨ ਦਿੱਲੀ ਮੈਟਰੋ 7 ਸਤੰਬਰ ਤੋਂ ਸ਼ੁਰੂ ਹੋਵੇਗੀ ਸਕੂਲ ਕਾਲਜ ਸਿਨੇਮਾ ਫਿਲਹਾਲ ਬੰਦ ਰਹਿਣਗੇ 21 ਸਤੰਬਰ ਤੋਂ ਦੇਸ਼ ਭਰ ਵਿੱਚ ਰੈਲੀਆਂ ਵੀ ਹੋ ਸਕਦਾਂ ਹਨ ਪਰ 100 ਤੋਂ ਵੱਧ ਲੋਕਾਂ ਦੇ ਇਕੱਠ ਕਰਨ ਤੇ ਰੋਕ ਰਹੇਗੀ ਦੇਸ਼ ਭਰ ਵਿੱਚ ਕੁਝ ਸ਼ਰਤਾਂ ਦੇ ਨਾਲ ਮੈਟਰੋ ਮੋੜ ਰਫਤਾਰ ਫੜੇਗੀ ਇਹ ਦੌਰਾਨ ਕਨਟੇਨਮੈਂਟ ਜ਼ੋਨ ਵਿੱਚ ਪਾਬੰਦੀਆਂ ਜਾਰੀ ਰਹਿਣਗੀਆਂ ਗ੍ਰਹਿ ਮੰਤ్రਾਲੇ ਨੇ ਇੱਕ ਵੱਡੀ ਗੱਲ ਇੱਥੇ ਸਾਫ਼ ਕੀਤੀ ਹੈ ਕਿ ਕੋਈ ਵੀ ਸੁਭਾ ਆਪਣੀ ਮਰਜ਼ੀ ਨਾਲ ਇੱਥੇ ਲੋਕਡਾਊਨ ਨਹੀਂ ਲਗਾ ਸਕਦਾ ਇਸ ਲਈ ਗ੍ਰਹਿ ਮੰਤ్రਾਲੇ ਤੋਂ ਇਜਾਜ਼ਤ ਲੈਣ ਦੀ ਲੋੜ ਹੋਵੇਗੀ ਨਵੇਂ ਨਿਯਮਾਂ ਤਹਿਤ ਧਾਰਮਿਕ ਸੰਗਠਨਾ ਵਿੱਚ 100 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ ਸਿਰਫ 100 ਲੋਕ ਇਕੱਠ ਕਰ ਸਕਦੇ ਹਨ ਅਗਲੀ ਵੱਡੀ ਖਬਰ ਹੈ ਜੀ ਵਿੱਤ ਮੰਤਰੀ ਮਾਨਪ੍ਰੀਤ ਬਾਦਲ ਦਾ ਦਫ਼ਤਰ ਸੀਲ ਦੋ ਮੈਨੇਜਰ ਕਰੋਨਾ ਪੋਜ਼ਿਟਿਵ ਕਰੋਨਾ ਮਹਾਮਾਰੀ ਦੇ ਕਾਰਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਬਠਿੰਡਾ ਦਫ਼ਤਰ ਵੀ ਸੀਲ ਕਰ ਦਿੱਤਾ ਗਿਆ ਕਿਉਂਕਿ ਦਫ਼ਤਰ ਦੇ ਦੋ ਮੈਨੇਜਰ ਕਰੋਨਾ ਪੋਜ਼ਿਟਿਵ ਆਏ ਹਨ ਵਿੱਤ ਮੰਤਰੀ ਦੇ ਦਫ਼ਤਰ ਵਿੱਚ ਲੋਕਾਂ ਦੇ ਰੂਬਰੂ ਵੀ ਹੋਣਾ ਸੀ ਤੇ ਜਿਕਰ ਜੋਗਾ ਕਿ ਖੇਡ ਸਟੇਡੀਅਮ ਬਠਿੰਡਾ ਦੇ ਸਾਹਮਣੇ ਵਿੱਤ ਮੰਤਰੀ ਦਾ ਮੁੱਖ ਦਫ਼ਤਰ ਹੈ ਜਿੱਥੇ ਰੋਜ਼ਾਨਾ ਦਰਜਨਾ ਕਾਂਗਰਸੀ ਵਰਕਰ ਅਤੇ ਸ਼ਹਿਰਾਂ ਦੀ ਆਮਦ ਅਤੇ ਭਾਵੇਂ ਦਫ਼ਤਰ ਪ੍ਰਬੰਧਕਾਂ ਨੇ ਇਹਦੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਹੋਏ ਸਨ ਪਰ ਇਹਦੇ باوجود ਵੀ ਇਹਦੇ ਵਿੱਚ ਜਿਹੜੇ ਕਿ 2 ਕਰੋਨਾ ਪੋਜ਼ਿਟਿਵ ਮੈਨੇਜਰ ਪਾਏ ਗਏ ਹਨ ਤੇ ਜੋ ਮਾਸਕ ਪਾਉਣ ਦੂਰੀ ਬਣਾਏ ਰੱਖਣਾ ਤੇ ਸੈਨੀਟਾਈਜ਼ ਵਗੈਰਾ ਨਿਯਮਾਂ ਦੀ ਪਾਲਣਾ ਕਰਵਾਉਂਦੇ ਸਨ ਸਿਕਿਉਰਿਟੀ ਗਾਰਡ ਵੀ ਇੱਥੇ ਤਿੰਨ ਸਨ ਤੇ ਪਰ ਆਮ ਲੋਕ ਜਾਂ ਸਰਕਾਰੀ ਵਰਕਰਾਂ ਦੀ ਪ੍ਰਵਾਹ ਘੱਟ ਹੀ ਕਰਦੇ ਸਨ ਜਿਸ ਤਰ੍ਹਾਂ ਹੁਣ ਤੁਸੀਂ ਜਾਣਦੇ ਹੋ ਕਿ 2 ਕਰੋਨਾ ਪੋਜ਼ਿਟਿਵ ਇਸ ਦਫ਼ਤਰ ਵਿੱਚ ਮਰੀਜ਼ ਪਾਏ ਗਏ ਹਨ ਤੇ ਹੁਣ ਇਹਨਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ ਅਗਲੀ ਵੱਡੀ ਖਬਰ ਹੈ ਜੀ ਇਸ ਪਿੰਡ ਦੀ ਪੰਚਾਇਤ ਤੇ ਲੋਕਾਂ ਨੇ ਕੀਤਾ ਵੱਡਾ ਫੈਸਲਾ ਕਿਸੇ ਵੀ ਵਿਅਕਤੀ ਦਾ ਨਹੀਂ ਹੋਵੇਗਾ ਕਰੋਨਾ ਟੈਸਟ ਕਰੋਨਾ ਮਹਾਮਾਰੀ ਦੇ ਚੱਲਦਿਆਂ ਪਿੰਡਾਂ ਵਿੱਚ ਲੋਕਾਂ ਵੱਲੋਂ ਜਿੱਥੇ ਕਰੋਨਾ ਟੈਸਟ ਕਰਨ ਵਾਲੀਆਂ ਟੀਮਾਂ ਦਾ ਘਰਾਓ ਕੀਤਾ ਜਾ ਰਿਹਾ ਤੇ ਉੱਥੇ ਹਣ ਪਿੰਡਾਂ ਵਿੱਚ ਪੰਚਾਇਤਾਂ ਤੇ ਆਮ ਲੋਕਾਂ ਵੱਲੋਂ ਜਨਤਕ ਇਕੱਠ ਕਰਕੇ ਕਰੋਨਾ ਟੈਸਟ ਨਾ ਕਰਵਾਉਂਦੇ ਫੈਸਲੇ ਵੀ ਕੀਤੇ ਜਾ ਰਹੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੀਦਾਰਗੜ ਦੇ ਨੌਇਬਾਣਾ ਆਗੂ ਚਮਕੌਰ ਸਿੰਘ ਅਤੇ ਸਰਪੰਚ ਸੰਦੀਪ ਸਿੰਘ ਨੇ ਦੱਸਿਆ ਹੈ ਕਿ ਪਿੰਡ ਦੇ ਲੋਕਾਂ ਦਾ ਇੱਕ ਇਕੱਠ ਪਿੰਡ ਦੇ ਸਾਂਝੇ ਦਰਵਾਜ਼ੇ ਵਿੱਚ ਹੋਇਆ ਤੇ ਜਿੱਥੇ ਲੋਕਾਂ ਨੇ ਫੈਸਲਾ ਕੀਤਾ ਕਿ ਪਿੰਡ ਵਿੱਚ ਕਿਸੇ ਵੀ ਵਿਅਕਤੀ ਦਾ ਕਰੋਨਾ ਟੈਸਟ ਨਹੀਂ ਕਰਵਾਇਆ ਜਾਵੇਗਾ ਜੇਕਰ ਕੋਈ ਵੀ ਵਿਅਕਤੀ ਬਿਮਾਰ ਹੁੰਦਾ ਹੈ ਤਾਂ ਉਹਦਾ ਇਲਾਜ ਪਿੰਡ ਵਿੱਚ ਹੀ ਕਰਵਾਇਆ ਜਾਵੇਗਾ ਇਸ ਤੋਂ ਇਲਾਵਾ ਜੇਕਰ ਕਿਸੇ ਵੀ ਇਕਾਂਤਵਾਸ ਕਰਨ ਦੀ ਲੋੜ ਪੈਂਦੀ ਆ ਤਾਂ ਉਸ ਨੂੰ ਪਿੰਡ ਵਿੱਚ ਹੀ ਰੱਖਿਆ ਜਾਵੇਗਾ ਤੇ ਕਿਸੇ ਨੂੰ ਵੀ ਪਿੰਡ ਚੋਂ ਬਾਹਰ ਨਹੀਂ ਜਾਣ ਦਿੱਤਾ ਕੋਈ ਵੀ ਟੀਮ ਪਿੰਡ ਵਿੱਚ ਕਰੋਨਾ ਟੈਸਟ ਕਰਨ ਆਉਂਦੀ ਹੈ ਤਾਂ ਉਸ ਨੂੰ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਦਿੱਲੀ ਵਾਸੀਆਂ ਨੂੰ ਲਗਾਤਾਰ 6ਵੇਂ ਸਾਲ ਮਿਲੇਗੀ ਸਸਤੀ ਬਿਜਲੀ ਸੀਐਮ ਕੇਜਰੀਵਾਲ ਨੇ ਦਿੱਤੀ ਵਧਾਈ ਹਾਂਜੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਆਪ ਸਰਕਾਰ ਨੇ ਲਗਾਤਾਰ 6ਵੇਂ ਸਾਲ ਸੂਬੇ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਨਹੀਂ ਕਰਨ ਦਾ ਫੈਸਲਾ ਕੀਤਾ ਹੈ ਦਿੱਲੀ ਬਿਜਲੀ regulatory commission ਵੱਲੋਂ 28 ਗਾਸਤ ਨੂੰ ਕਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਬਿਜਲੀ ਦੀਆਂ ਦਰਾਂ 22021 ਤੱਕ ਕੋਈ ਵੀ ਵਾਧਾ ਨਹੀਂ ਕਰਨ ਵਾਲੇ ਐਲਾਨ ਕੀਤਾ ਤੇ ਬਿਜਲੀ ਮਹਿੰਗੀ ਨਹੀਂ ਕਰਨ ਦੇ ਐਲਾਨ ਤੋਂ ਬਾਅਦ ਟਵੀਟ ਕਰਦੇ ਹੋਏ ਮੋੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਨਾਗਰਿਕਾਂ ਨੂੰ ਵਧਾਈ ਦਿੱਤੀ ਹੈ ਤੇ ਉਹਨਾਂ ਨੇ ਕਹਿ ਕੇ ਦਿੱਲੀ ਦੇ ਲੋਕ ਵਧਾਈ ਦੇ ਪਾਤਰਾਂ ਤੇ ਇੱਕ ਪਾਸੇ ਜਿੱਥੇ ਪੂਰੇ ਦੇਸ਼ ਬਿਚਲ ਸਾਲ ਦੀਆਂ ਬਿਜਲੀ ਦਰਾਂ ਵਧ ਰਹੀਆਂ ਨੇ ਤੇ ਦਿੱਲੀ ਵਿੱਚ ਲਗਾਤਾਰ 6ਵੇਂ ਸਾਲ ਬਿਜਲੀ ਦੀ ਦਰ ਨਹੀਂ ਵਧਣ ਦਿੱਤੀ ਅਤੇ ਕੁਝ ਖੇਤਰਾਂ ਵਿੱਚ ਸਗੋਂ ਘਟ ਹੀ ਕੀਤੀ ਹੈ ਤੇ ਇਹ ਇੱਕ ਇਤਿਹਾਸਕ ਫੈਸਲਾ ਹੈ ਤੇ ਇਸ ਨਾਲ ਦਿੱਲੀ ਵਾਸੀਆਂ ਨੂੰ ਇੱਕ ਹੋਰ ਵੱਡੀ ਰਾਹਤ ਮਿਲੇਗੀ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਯੂਨੀਅਨ ਆਗੂਆਂ ਤੇ ਪੁਲਿਸ ਵਿਚਾਲੇ ਟਕਰਾ ਧਰਨਾ ਲਾ ਕੀਤਾ ਰੋਡ ਜਾਮ ਸ਼ਹਿਰ ਦੇ ਸ਼ਹੀਦ ਉਦਮ ਸਿੰਘ ਨਗਰ ਚੌਂਕ ਵਿੱਚ ਸ਼ਨੀਵਾਰ ਸ਼ਾਮ ਵੇਲੇ ਉਸ ਸਮੇਂ ਵਿਵਾਦ ਵਧ ਗਿਆ ਜਦ ਨਾਕੇ ਤੇ ਤਨਾਤ ਜਨਾਨਾ ਪੁਲਿਸ ਨੇ ਬਿਨਾ ਮਾਸਕ ਦੇ ਮੋਟਰਸਾਈਕਲ ਸਵਾਰਾਂ ਨੂੰ ਰੋਕਿਆ ਤੇ ਇਸ ਦੌਰਾਨ ਇੱਕ ਛੋਟਾ ਹਾਤੀ ਯੂਨੀਅਨ ਦੇ ਵਰਕਰਜ਼ ਬਲੋਕ ਕਥੇ ਤੌਰ ਤੇ ਲੇਡੀਜ਼ ਪੁਲਿਸ ਦਾ ਹੱਥ ਫੜ ਕੇ ਪਿੱਛੇ ਕਰ ਦਿੱਤਾ ਤੇ ਮਾਮਲਾ ਇੰਨਾ ਗਰਮਾ ਗਿਆ ਕਿ ਵਰਕਰ ਲਈ ਮੁਆਫੀ ਮੰਗਣ ਆਏ ਯੂਨੀਅਨ ਆਗੂਆਂ ਤੇ ਪੁਲਿਸ ਵਿਚਾਲੇ ਵਿਵਾਦ ਵਧ ਗਿਆ ਤੇ ਮਾਮਲਾ ਲਾਠੀ ਚਾਰਜ ਤੱਕ ਪਹੁੰਚ ਗਿਆ ਇਸ ਘਟਨਾ ਵਿੱਚ ਪ੍ਰੀਤ ਅਤੇ ਦੀਪੂ ਤਵਰ ਨੇ ਉਹਦੇ ਇੱਕ ਹੋਰ ਸਾਥੀ ਨੇ ਪੁਲਿਸ ਦੇ ਜਬਰਨ ਡੰਡੇ ਮਾਰਨ ਦੇ ਦੋਸ਼ ਲਗਾਏ ਹਨ ਤੇ ਉਹਨਾਂ ਨੇ ਯੂਨੀਅਨ ਦੇ ਲੋਕ ਨੂੰ ਬੁਲਾ ਕੇ ਸ਼ਹੀਦ ਉਦਮ ਸਿੰਘ ਚੌਕ ਵਿੱਚ ਜਾਮ ਕਰਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਪੰਜਾਬ ਦੇ ਕਾਮਿਆਂ ਲਈ ਵੱਡੀ ਖੁਸ਼ਖਬਰੀ ਨੌਕਰੀ ਖੁਸਨ ਤੇ ਵੀ ਮਿਲੇਗੀ 3 ਮਹੀਨਿਆਂ ਦੀ ਤਨਖਾਹ ਕਰੋਨਾ ਮਹਾਮਾਰੀ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਸ਼ੁੱਕਰਵਾਰ ਨੂੰ ਵਿਸ਼ੇਸ਼ ਤੌਰ ਤੇ ਬੁਲਾਏ ਗਏ ਇੱਕ ਰੋਜ਼ਾ اجلاس ਦੌਰਾਨ ਸਰਬਸੰਮਤੀ ਨਾਲ 7 ਬੈਲ ਪਾਸ ਕੀਤੇ ਗਏ ਜਿਨ੍ਹਾਂ ਵਿੱਚ ਕੰਟਰੈਕਟਰ ਲੇਬਰਜ਼ ਪੰਜਾਬ ਸੂਧ ਬੈਲ 220 ਨੂੰ ਪ੍ਰਵਾਨਗੀ ਦਿੱਤੀ ਗਈ ਹੈ ਇਹ ਬੈਲ ਪੇਸ਼ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬੈਲ ਵਿੱਚ ਚੈਪਟਰ 5 ਬੀ ਤਹਿਤ ਕਾਮਿਆਂ ਦੀ ਮੌਜੂਦਾ ਲਾਗੂ ਸੀਮਾ ਨੂੰ 100 ਤੋਂ ਵਧਾ ਕੇ 300 ਕਰਨ ਦੀ ਵਿਵਸਥਾ ਕੀਤੀ ਗਈ ਹੈ ਇਸ ਤੋਂ ਇਲਾਵਾ ਹੁਣ ਆਦਾਰੇ ਦੇ ਬੰਦ ਹੋਣ ਜਾਂ ਨੌਕਰੀ ਤੋਂ ਕੱਢੇ ਜਾਣ ਦੀ ਸੂਰਤ ਵਿੱਚ ਕਾਮੇ 3 ਮਹੀਨਿਆਂ ਦੀ ਬਾਧੂ ਤਨਖਾਹ ਵੀ ਲੈਣ ਦੇ ਯੋਗ ਹੋਣਗੇ ਤੇ ਇਹ ਕਦਮ ਕਾਰੋਬਾਰੀ ਕਰਨ ਨੂੰ ਸੌਖਾ ਬਣਾਉਣ ਦੀ ਪ੍ਰਕਿਰਿਆ ਵਿੱਚ ਇੱਕ ਹੋਰ ਸੁਧਾਰ ਲਿਆਵੇਗਾ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਲੋੜੀ ਦੀ ਸੋਧ ਵਿੱਚ ਨਿਯਮਾਂ ਵਿੱਚ ਵਰਕਰਾਂ ਦੀ ਗਿਣਤੀ ਵਧਾਉਣ ਲਈ 20 ਤੋਂ 50 ਤੱਕ ਕੰਟਰੈਕਟ ਲੇਬਰ ਐਕਟ 1970 ਦੀ ਧਾਰਾ 1 ਅਤੇ ਧਾਰਾ 4 ਤੇ ਉਪ ਧਾਰਾ A B ਵਿੱਚ ਲੋੜੀ ਦੀ ਸੋਧ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਸਤਵਾਰ ਅਗਲੀ ਵੱਡੀ ਖਬਰ ਹੈ ਜੀ ਭਾਰਤ ਵਿੱਚ 4 ਕਰੋੜ ਤੋਂ ਜ਼ਿਆਦਾ ਕਰੋਨਾ ਟੈਸਟ ਪੀੜਤਾਂ ਦਾ ਅੰਕੜਾ 35 ਲੱਖ ਨੂੰ ਪਾਰ ਕਰੋਨਾ ਖਿਲਾਫ ਲੜਾਈ ਵਿੱਚ ਵਿਹਾਦ ਅਹਿਮ ਹਥਿਆਰ ਮੰਨੇ ਜਾ ਰਹੇ ਸੈਂਪਲਾਂ ਦੀ ਜਾਂਚ ਤੇ ਮਾਮਲੇ ਵਿੱਚ ਭਾਰਤ ਲਗਾਤਾਰ ਤੇਜ਼ੀ ਨਾਲ ਅੱਗੇ ਵਧ ਰਿਹਾ ਪ੍ਰਤੀ ਦਿਨ 10 ਲੱਖ ਸੈਂਪਲਾਂ ਦੀ ਜਾਂਚ ਦੇ ਟੀਚੇ ਵੱਲ ਵਧਦੇ ਹੋਏ ਦੇਸ਼ ਨੇ ਹੁਣ ਤੱਕ 4 ਕਰੋੜ ਤੋਂ ਜ਼ਿਆਦਾ ਸੈਂਪਲ ਲਏ ਜਾ ਚੁੱਕੇ ਹਨ ਤੇ ਸੰਪਰਕਾਂ ਦੀ ਭਾਲ ਤੇ ਇਲਾਜ ਤੇ ਹੋਰ ਜ਼ੋਰ ਦੇਣ ਨਾਲ ਮਰੀਜ਼ਾਂ ਵਿੱਚ ਤੇਜ਼ੀ ਨਾਲ ਉਹਨਾਂ ਦੀ ਸਿਹਤ ਵਿੱਚ ਵੀ ਸੁਧਾਰ ਹੋ ਰਿਹਾ ਤੇ ਗੰਭੀਰ ਰੋਗੀਆਂ ਦੀ ਗਿਣਤੀ ਵਿੱਚ ਕਮੀ ਆ ਰਹੀ ਹੈ ਹਾਲਾਂਕਿ ਕਰੋਨਾ ਪੀੜਤਾਂ ਦਾ ਅੰਕੜਾ 35 ਲੱਖ ਨੂੰ ਪਾਰ ਕਰ ਚੁੱਕਿਆ ਤੇ 63000 ਤੋਂ ਜ਼ਿਆਦਾ ਲੋਕਾਂ ਦੀ ਭਾਰਤ ਵਿੱਚ ਜਾਣਾ ਜਾ ਚੁੱਕੀ ਹੈ ਅਗਲੀ ਵੱਡੀ ਖਬਰ ਹੈ ਜੀ ਅਨਲੌਕ 4 ਗਾਈਡਲਾਈਨਸ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਜਾਣ ਦੀ ਮਨਜ਼ੂਰੀ ਹਾਂਜੀ ਕੇਂਦਰ ਸਰਕਾਰ ਵੱਲੋਂ ਅਨਲੌਕ ਚਾਰ ਦੀਆਂ ਨਵੀਆਂ ਗਾਈਡਲਾਈਨਸ ਜੋ ਜਵਾਰੀ ਹੋਈਆਂ ਹਨ ਵਿੱਚ ਕੰਟੇਨਮੈਂਟ ਜ਼ੋਨ ਤੋਂ ਬਾਹਰ ਬਾਲੇ ਸਕੂਲਾਂ ਦੇ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਅਧਿਆਪਕਾਂ ਤੋਂ ਸੇਧ ਲੈਣ ਲਈ ਸਕੂਲ ਜਾਣ ਨੂੰ ਮਨਜ਼ੂਰੀ ਦਿੱਤੀ ਹੈ ਤੇ ਇਸ ਲਈ ਮਾਪਿਆਂ ਦੀ ਲਿਖਤੀ ਸਹਿਮਤੀ ਜ਼ਰੂਰੀ ਹੋਵੇਗੀ। ਅਗਲੀ ਵੱਡੀ ਖਬਰ ਹੈ ਜੀ ਇਸ ਹਫ਼ਤੇ ਲਾਈਵ ਸੈਸ਼ਨ ਨਹੀਂ ਕਰਨਗੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਨੇ ਆਪਣੇ ਵੈਟਰਾ ਅਕਾਊਂਟ ਤੋਂ ਜਾਣਕਾਰੀ ਦਿੱਤੀ ਹੈ ਕਿ ਉਹ ਇਸ ਹਫਤੇ ਆਪਣਾ ਲਾਈਵ ਸੈਸ਼ਨ ਨਹੀਂ ਕਰਨਗੇ ਕਿਉਂਕਿ ਕੁਝ ਬੁਧਾਇਕਾਂ ਤੇ ਕਰੋਨਾ ਪੋਜ਼ਿਟਿਵ ਪਾਈ ਜਾਣ ਕਾਰਨ ਵਿਧਾਨ ਸਭਾ اجلاس ਮਗਰੋਂ ਉਹਨਾਂ ਨੇ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ 7 ਦਿਨਾਂ ਦੇ ਲਈ ਇਸ ਲਈ ਉਹ ਇਸ ਹਫਤੇ ਲਾਈਵ ਸੈਸ਼ਨ ਨਹੀਂ ਕਰਨਗੇ ਇਹ ਸਨ ਜੀ ਹੁੰਦੀਆਂ ਪੰਜਾਬ ਭਾਰਤ ਦੀਆਂ ਤਾਜ਼ਾ ਵੱਡੀਆਂ ਖਬਰਾਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਫੇਸਬੁੱਕ WhatsApp ਗਰੁੱਪਾਂ ਵਿੱਚ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਜਾਣਕਾਰੀ ਹਰੇਕ ਪੰਜਾਬ ਵਾਸੀ ਤੱਕ ਪਹੁੰਚੇ ਆਉਣ ਵਾਲੀਆਂ ਖਬਰਾਂ ਲਈ ਚੈਨਲ ਨਾਲ ਜੁੜੇ ਰਹੋ ਤਾਂਬਾ